ਬਿਆਦਬੀਸ ਮੇਤ ਹੋਰ ਮਾਮਲਿਆਂ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਦੇ ਆ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਉਹਨਾਂ ਦੇ ਹੀ ਜੱਦੀ ਸ਼ਹਿਰ ਪਟਿਆਲਾ ਵਿੱਚ ਰੈਕ ਕੇ ਸਰਗਰਮੀਆਂ ਚਲਾ ਰਹੇ ਨੇ ਉਧਰ ਸਰਕਾਰ ਵੀ ਉਹਨਾਂ ਦੀਆਂ ਸਰਗਰਮੀਆਂ ਤੇ ਪੂਰੀ ਨਜ਼ਰ ਰੱਖ ਰਹੀ ਹੈ ਸਿੱਧੂ ਦੀਆਂ ਸਰਗਰਮੀਆਂ ਵਾਚਣਾ ਵੀ ਇੰਨੀ ਦਿਨੀ ਪੰਜਾਬ ਸਰਕਾਰ ਦੇ ਖੁਫੀਆ ਤੰਤਰ ਦੇ ਮੁੱਖ ਏਜੰਟੀਆਂ 'ਚ شمار ਹੈ ਸਿੱਧੂ ਦੇ ਇੱਥੇ ਯਾਦਵਿੰਦਰਾ ਕਲੋਨੀ ਸਥਿਰ ਰਹਾਇਸ਼ ਦੇ ਇਰਦ-ਗਿਰਦ ਸਾਦੀ ਵਰਦੀ ਚ ਪੁਲਿਸ ਮੁਲਾਜ਼ਮ ਦਿਨ ਬਾਤ ਪੈਰਾ ਦਿੰਦੇ ਹਨ ਹੁਣ ਜਦੋਂ ਕਾਂਗਰਸ ਸਹਾਇਕ ਕਮਾਨ ਨੇ ਸਿੱਧੂ ਅਤੇ ਕੈਪਟਨ ਸਮੇਤ ਨਰਾਜ ਵਿਧਾਇਕਾਂ ਦੀ ਗੱਲ ਸੁਣਨ ਲਈ ਥਿੰ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਤਾਂ ਪੰਜਾਬ ਸਰਕਾਰ ਦੀ ਸਿੱਧੂ ਤੇ ਨਿਗਾਹ ਹੋਰ ਵੀ ਵੱਧ ਗਈ ਹੈ ਤਾਂ ਜੋ ਉਹਨਾਂ ਦੀਆਂ ਸਰਗਰਮੀਆਂ ਦਾ ਅਗਾਉ ਪਤਾ ਲਗਾਇਆ ਜਾ ਸਕੇ ਕਾਂਗਰਸ ਦੀ ਕਮੇਟੀ ਕੋਲ ਭਾਵੇਂ ਕਈ ਵਿਧਾਇਕ ਪੇਸ਼ ਹੋ ਗਏ ਹਨ ਪਰ ਨਵਜੋਤ ਸਿੱਧੂ ਵੱਲੋਂ ਇਸ ਕਮੇਟੀ ਨਾਲ ਪਹਿਲੇ ਜੂਨ ਨੂੰ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਦੋਂ ਸਿੱਧੂ ਆਪਣੀ ਰਿਹਾਈਸ਼ ਤੋਂ ਬਾਹਰ ਨਿਕਲੇ ਤਾਂ ਇਹੀ ਅੰਦਾਜ਼ਾ ਲਗਾਇਆ ਗਿਆ ਕਿ ਉਹ ਦਿੱਲੀ ਚਲੇ ਗਏ ਹਨ ਪਰ ਸ਼ਾਮ ਨੂੰ ਉਹ ਮੁੜਕਰ ਵਾਪਸ ਪਰਤਾਏ ਸਿੱਧੂ ਦੀ ਅੱਜ ਦੀ ਇਹ ਗੁਪਤ ਫੇਰੀ ਤੋਂ ਸਰਕਾਰ ਚਿੰਤਿਤ ਸਮਝੀ ਜਾ ਰਹੀ ਹੈ ਇਹ ਸੰਪੰਨ ਦੀ ਜਦੋਂ ਸ਼੍ਰੀ ਸਿੱਧੂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦੇ ਸਾਰੇ ਫੋਨ ਬੰਦ ਆ ਰਹੇ ਨੇ ਓੰਜ ਰਾਤ 9 ਵਜੇ ਤੱਕ ਉਹ ਪਟਿਆਲਾ ਵਿੱਚ ਹੀ ਸਨ